ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। 7 ਤੋਂ 9 ਬੈਂਡ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲੇਗਾ 50% ਤੱਕ ਡਿਸਕਾਊਂਟ। ਇੰਸਟੀਚਿਊਟ ਦੀ ਸੰਚਾਲਿਕਾ ਜਾਮਨੀ ਦੱਤ ਨੇ ਦੱਸਿਆ ਕਿ ਆਈਲਟਸ ਦਾ ਅਗਲਾ ਸਪੀਕਿੰਗ ਟੈਸਟ 17 ਦਸੰਬਰ ਦਿਨ ਸੋਮਵਾਰ ਨੂੰ 1 ਵਜੇ ਤੋਂ 5 ਵਜੇ ਤੱਕ ਹੋਟਲ ਕ੍ਰਿਸ਼ਨਾ ਕੋਂਟੀਨੈਂਟ। ਸਹੀ, ਮਤਲਬ ਪੇਪਰ ਕਿਸ ਤਰ੍ਹਾਂ ਦਾ ਸੀ ਤੁਹਾਡਾ ਟੈਸਟ, ਪੇਪਰ ਦੇ ਰਿਗਾਰਡਿੰਗ ਦੱਸੋ ਕਿਸ ਤਰ੍ਹਾਂ ਦਾ ਸੀਗਾ, ਈਜ਼ੀ ਸੀ, ਟਫ ਸੀ ਜਾਂ ਟੈਸਟ? ਪੇਪਰ ਦੇ ਰਿਕਾਰਡਿੰਗ ਦੱਸੋ ਜੀ, ਕਿਸ ਤਰ੍ਹਾਂ ਦਾ ਪੇਪਰ ਲੱਗਿਆ ਤੁਹਾਨੂੰ, ਕਿਸ ਤਰ੍ਹਾਂ? ਪੇਪਰ ਬਹੁਤ ਵਧੀਆ ਸੀ, ਬਹੁਤ ਵਧੀਆ ਸੀਗਾ, ਮਤਲਬ 2 ਮੋਡਿਊਲ ਬਹੁਤ ਸੌਖੇ ਸੀ, ਇੱਕ ਥੋੜ੍ਹਾ ਜਿਹਾ ਡਿਫੀਕਲਟ ਸੀਗਾ, ਬਟ ਆਲ ਇਜ਼ ਗੁੱਡ ਐਂਡ ਹਾਈਟਸ ਵੀ ਬਹੁਤ ਵਧੀਆ ਸੀ, ਟੀਚਰਸ ਵੀ ਐਂਡ ਗੁੱਡ ਸਕੋਰ, ਆਈ ਥਿੰਕ 5 ਤੋਂ ਅਬਵ ਆ ਸਕਦੇ ਜੀ। ਮੈਂ ਲੱਗਿਆ ਤੁਹਾਨੂੰ ਇੱਥੇ ਹਾਈਟਸ 'ਚ? ਪੇਪਰ ਵਾਸ ਵੈਰੀ ਗੁੱਡ, ਆਈ ਲਾਈਕ ਦ ਸਪੀਕਿੰਗ ਆਊਟ ਵਿਦ ਹੈਲਪ ਐਂਡ ਆਲ ਦੀ ਸਪੀਕਿੰਗ। ਸਕੋਰ ਦੇ ਰਿਗਾਰਡਿੰਗ ਕੀ? ਇਟ ਮਾਈਟ ਬੀ ਆਈ ਸਕੋਰ 6 ਔਰ 7। ਬਲੈਸ।